गुरु नानक साहब ने मरदाना जी सारी जिंदगी सब तो वध के साथ माणिया है तो मरदाना जी ने गुरु नानक साहब का माणिया है जिहड़ी जरूरत गुरु नानक साहब के विच सी बाबर नूं जाबर कह देना तू खदाए का डूम ते मैं तेरा डूम तू रब का मरासी है मैं तेरा मरासी है फर्क कोई नहीं तेरे ते मेरे लिए हुण इह किड्डी वड्डी गल है एक गल केवल ते केवल उही सिखा सकदा है जिसने बाबर नूं जाबर किया होवे दूसरी गल क्योंकि ज्यादा वक्त नहीं लैणा मेरे तो बाद बहुत थकान जो सरदार कंवर सिंह गरेवाल वीर लखा सरदारा चौधरी साहब बैठे ने तुहाडे नाल संबोधित होना ते उस तों बाद चंडीगढ़ प्रैस कॉन्फ्रेंस ही है असीं थोड़ा सीमित शब्दां दे विच ही समाप्ति दा यत्न करांगे दूसरी अहम गल ਉਹ ਅਹਿਮ ਗੱਲ ਤੁਸੀਂ ਕਰਤਾਰ ਸਿੰਘ ਸਰਾਭਾ ਦੇ ਜਨਮ ਸਥਾਨ ਦੇ ਉੱਪਰ ਬੈਠੇ ਹੋ ਇੱਕ ਗੱਲ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਓ ਉਹਨਾਂ ਚਿਰ ਤੱਕ ਤੁਸੀਂ ਜੰਗ ਨਹੀਂ ਜਿੱਤ ਸਕਦੇ ਜਿੰਨਾ ਚਿਰ ਤੱਕ ਤੁਸੀਂ ਦੁਸ਼ਮਣ ਦੀ ਨੀਤੀ ਤੋਂ ਵਾਕਫ ਨਹੀਂ ਹੋ ਦੁਸ਼ਮਣ ਦੀ ਤਾਕਤ ਤੋਂ ਵਾਕਫ ਨਹੀਂ ਹੋ ਕੋਈ ਸਮਾਂ ਸੀ ਮੈਦਾਨੇ ਜੰਗ ਵਿੱਚ ਜੰਡਾ ਆਦਮੀਆਂ ਲੜਦੇ ਸੀ ਆਦਮੀ ਨਾਲ ਆਦਮੀ ਲੜਦਾ ਸੀ ਉਸ ਜੰਗ ਦੇ ਵਿੱਚ ਮੁੜ ਕੇ ਇੱਕ ਵੱਖਰੀ ਧਿਰ ਜਨਮ ਲੈਂਦੀ ਹੈ ਜਿਹੜੀ ਰੱਥਾਂ ਤੇ ਸਵਾਰ ਹੋ ਕੇ ਲੜਦੀ ਹੈ ਰੱਖਣ ਵਾਲੇ ਆਦਮੀ ਨੂੰ ਹਰਾ ਦਿੰਦੇ ਨੇ ਉਸ ਤੋਂ ਬਾਅਦ ਹਾਕੀ ਮੈਦਾਨੇ ਜੰਗ ਚ ਆਉਂਦੇ ਨੇ ਜਿਸ ਨੂੰ ਜੇਕਰ ਤੁਸੀਂ ਚਾਣਕਿਆ ਨੀਤੀ ਨੂੰ ਪੜਿਆ ਹੋਵੇ ਤਰੰਗਲੀ ਫੌਜ ਕਿਹਾ ਜਾਂਦਾ ਹੈ ਜਿਹੜੇ ਹਾਕੀਆਂ ਦੇ ਸਵਾਰ ਨੇ ਉਹ ਮੈਦਾਨੇ ਜੰਗ ਚ ਰੱਖਣ ਵਾਲਿਆਂ ਨੂੰ ਹਰਾ ਦਿੰਦੇ ਨੇ ਤੇ ਜਦੋਂ ਹਾਕੀਆਂ ਦੀ ਸਵਾਰੀ ਦੀ ਜੰਗ ਆਉਂਦੀ ਹੈ ਤੇ ਜਿਹੜੇ ਹਾਕੀ ਨੇ ਉਹਨਾਂ ਨੂੰ ਤੋਪਾਂ ਵਾਲੇ ਜਿਹੜੇ ਨੇ ਉਹ ਹਰਾ ਦਿੰਦੇ ਨੇ ਘੋੜਿਆਂ ਵਾਲੇ ਹਰਾ ਦਿੰਦੇ ਨੇ ਤੇ ਕੋਈ ਸਮਾਂ ਐਸਾ ਹੁੰਦਾ ਹੈ ਕਿ ਦੁਨੀਆਂ ਦੇ ਉੱਪਰ ਉਹ ਲੋਕ ਰਾਜ ਕਰਦੇ ਨੇ ਜਿਹੜੇ ਲੋਕਾਂ ਦੇ ਕੋਲ ਸਮੁੰਦਰੀ ਤਾਕਤ ਹੈ ਤੇ ਅੱਜ ਉਹ ਲੋਕ ਰਾਜ ਕਰਦੇ ਨੇ ਜਿਨ੍ਹਾਂ ਦੇ ਕੋਲ ਹਵਾਈ ਤਾਕਤ ਹੈ ਇਹਦਾ ਮਤਲਬ ਕਿ ਜਿਉਂ ਜਿਉਂ ਦੁਸ਼ਮਣ ਆਪਣੀ ਨੀਤੀ ਆਪਣੀ ਸੋਚ ਆਪਣੀ ਤਾਕਤ ਨੂੰ ਪ੍ਰਭਾਸ਼ਿਤ ਕਰਦਾ ਹੈ ਵਿਖਾਵਾ ਕਰਦਾ ਹੈ ਉਹਦੀ ਵਿਰੋਧੀ ਧਿਰ ਜੇਕਰ ਉਹਦੇ ਉੱਪਰ ਫਤਿਹਜਾਤ ਹੋਣਾ ਚਾਹੁੰਦੀ ਹੈ ਤੇ ਉਸ ਨੂੰ ਦੁਸ਼ਮਣ ਦੀ ਤਾਕਤ ਦਾ ਪਤਾ ਹੋਣਾ ਜ਼ਰੂਰੀ ਹੈ ਗੁਰੂ ਨਾਨਕ ਸਾਹਿਬ ਦੇ ਵਿੱਚੋਂ ਤੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਦੇ ਵਿੱਚੋਂ ਮੈਂ ਇਹ ਗੱਲ ਸਾਂਝੀ ਕਰਕੇ ਤੁਹਾਡੇ ਨਾਲ ਇਹਨਾਂ ਦਾ ਦਾਤਕ ਹੈ ਇੱਕ ਡਾਕਟਰ ਸੁਰਿੰਦਰ ਕੁਮਾਰ ਦਾ ਥੀਸਿਸ ਹੈ ਹਿੰਦੂ ਇਤਿਹਾਸ ਫਾਰੂਕੀ ਦਾਸਤਾਨ ਕੇ ਤੇ ਮੌਕਾ ਲੱਗੇ ਤੇ ਜ਼ਰੂਰ ਪੜਿਓ ਉਹਦੇ ਵਿੱਚ ਉਸਨੇ ਹਿੰਦੁਸਤਾਨ ਦੇ ਲੋਕਾਂ ਦੀ ਹਾਰ ਦੇ ਕਾਰਨ ਦੱਸੇ ਨੇ ਕਹਿੰਦਾ ਹਾਰ ਦਾ ਕਾਰਨ ਕੀ ਸੀ ਹਾਥੀਆਂ ਦੀ ਫੌਜ ਜਦੋਂ ਅਰਬ ਦੇ ਹਮਲਾਵਰ ਆਏ ਤੇ ਉਹਨਾਂ ਨੇ ਤੋਪਾਂ ਚਲਾਈਆਂ ਤੇ ਹਾਥੀ ਡਰ ਦੇ ਪਿੱਛੇ ਭੱਜੇ ਤੇ ਆਪਣੀ ਫੌਜ ਨੂੰ ਲਤਾੜ ਗਏ ਇਹ ਅਧਿਨ ਅੱਜ ਹੋ ਰਿਹਾ ਇਹ ਅੱਜ ਦੇ ਸਮੇਂ 'ਚ ਹੋ ਰਿਹਾ ਪਰ ਕੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਕਦੀ ਪੜ੍ਹਨ ਦਾ ਯਤਨ ਕੀਤਾ ਸਮਝਣ ਦਾ ਯਤਨ ਕੀਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਨੇ ਉਹ ਕਹਿੰਦੇ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਮੁਗਲਾਂ ਤੇ ਪਠਾਣਾ ਦਾ ਆਪਸ ਦੇ ਵਿੱਚ ਜੰਗ ਹੋਇਆ ਬਾਬਰ ਦਾ ਤੇ ਇੱਥੋਂ ਦੇ ਲੋਕਾਂ ਦਾ ਜਿਹੜੇ ਇੱਥੋਂ ਦੇ ਸ਼ਾਸਕ ਸੀ ਰਣ ਮੈਂ ਤੇਗ ਵਗਾਈ ਮੈਦਾਨੇ ਜੰਗ ਦੇ ਵਿੱਚ ਤੇਗਾਂ ਚੱਲੀਆਂ ਉਨੀ ਤੁਪਕ ਤਾਣ ਚਲਾਈ ਉਹਨਾਂ ਨੇ ਤੋਪਾਂ ਚਲਾਈਆਂ ਉਨੀ ਹੱਥ ਚੜਾਈ ਤੇ ਉਹਨਾਂ ਦੇ ਹਾਥੀ ਤੇ ਰਾੜਦੇ ਹੋਏ ਪਿੱਛੇ ਭੱਜ ਕੇ ਜਿਹੜੇ ਹਾਰ ਦਾ ਕਾਰਨ ਬਣੇ ਸੋ ਗੁਰੂ ਨਾਨਕ ਸਾਹਿਬ ਨੇ ਤੇ ਦੁਸ਼ਮਣ ਦੀ ਯੁੱਧ ਨੀਤੀ ਤੇ ਦੁਸ਼ਮਣ ਦੀ ਤਾਕਤ ਦਾ ਅਧਿਐਨ ਕਰਨਾ ਸਾਨੂੰ ਉਸੇ ਵੇਲੇ ਸਿਖਾ ਦਿੱਤਾ ਤੇ ਜਿਸ ਮਹਾਨ ਯੋਧੇ ਦੀ ਸਰਜ਼ਮੀਨ ਦੇ ਉੱਪਰ ਤੁਸੀਂ ਬੈਠੇ ਹੋ ਉਸ ਯੋਧੇ ਨੂੰ ਅਮਰੀਕਾ ਦੇ ਵਿੱਚ ਜਿਸ ਵੇਲੇ ਹੈ ਤੇ ਉਸ ਵੇਲੇ ਬਾਬਾ ਸੋਹਣ ਸਿੰਘ ਭਟਨਾ ਆਪਣੀ ਨਿੱਜੀ ਡਾਇਰੀ 'ਚ ਲਿਖਦੇ ਨੇ ਕਿ ਈਸਟ ਅਮਰੀਕਾ ਦੇ ਵਿੱਚ ਜਹਾਜ਼ ਚਲਾਉਣ ਦੀ ਟ੍ਰੇਨਿੰਗ ਲੈਣ ਵਾਸਤੇ ਭੇਜਿਆ ਗਿਆ ਕਾਹਦੇ ਵਾਸਤੇ ਕਿਉਂਕਿ ਉਹ ਯੁੱਧ ਨੀਤਿਕ ਯੋਧੇ ਉਦੋਂ ਸਮਝਦੇ ਸੀ ਕਿ ਅਗਲਾ ਜਿਹੜਾ ਜ਼ਮਾਨਾ ਹਵਾਈ ਤਾਕਤ ਹੈ ਸਮੁੰਦਰੀ ਤਾਕਤ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਸੋ ਜਿੰਨਾ ਚਿਰ ਤੱਕ ਤੁਸੀਂ ਦੁਸ਼ਮਣ ਦੀ ਤਾਕਤ ਦੁਸ਼ਮਣ ਦੀ ਨੀਤੀ ਦੁਸ਼ਮਣ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹਨਾਂ ਨੂੰ ਨਹੀਂ ਸਮਝਦੇ ਉਹਨਾਂ ਚਿਰ ਸੰਘਰਸ਼ ਦਿੱਤੇ ਨਹੀਂ ਜਾ ਸਕਦੇ ਸੋ ਮੈਂ ਇੰਨੇ ਹੀ ਵਕਤ ਦੇ ਵਿੱਚ ਆਪਣੇ ਇਸ ਵਿਚਾਰ ਨੂੰ ਸੰਕੋਚਨ ਦਾ ਯਤਨ ਕਰਦਾ ਆਓ ਗੁਰੂ ਦੇਵ ਪਾਤਸ਼ਾਹ ਦੀ ਬਖਸ਼ੀ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ